ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਗਵਾਚੇ ਸਰਟੀਫਿਕੇਟ ਦੇਨ ਸੰਬੰਧੀ ਪਹਿਲਾਂ ਜੋ ਇਹਨਾਂ ਦੀ ਡੁਪਲੀਕੇਟ ਕਾਪੀ ਮਿਲਦੀ ਸੀ ਤਾਂ ਹੁਣ ਹੈ ਜੋ ਦੂਜੀ ਕਾਪੀ ਮਿਲੇਗੀ ਗਵਾਚੇ ਸਰਟੀਫਿਕੇਟ ਦੀ ਤਾਂ ਪਹਿਲਾਂ ਇਹਦੇ 37 ਪੜਾ ਸੀਗੇ ਤਾਂ ਹੁਣ ਸਿਰਫ ਤੁਸੀਂ 4 ਪੜਾ ਪੂਰੇ ਕਰਨੇ ਹੋਣਗੇ ਕਾਫੀ ਜ਼ਿਆਦਾ ਸਰਲ ਕਰ ਦਿੱਤਾ ਹੈਗਾ ਇਹਨਾਂ ਨੇ ਸਰਟੀਫਿਕੇਟ ਲੈਣ ਦੀ ਜੋ ਪ੍ਰਕਿਰਿਆ ਸੀਗੀ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਹੜੇ ਚਾਰਪੜਾ ਨੇ ਜੋ ਤੁਸੀਂ ਆਪਣੇ ਸਰਟੀਫਿਕੇਟ ਦੀ ਦੂਸਰੀ ਕਾਪੀ ਲੈਣ ਲਈ ਪੂਰੇ ਕਰ ਸਕਦੇ ਹੋ ਸ਼ਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਇਹ ਚਾਰਪੜਾ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਈ ਇਹ ਜੋ ਜਾਣਕਾਰੀ ਆਮ ਪਬਲਿਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਆਪਣੇ ਸਰਟੀਫਿਕੇਟਾਂ ਦੀ ਸੈਕੰਡ ਕਾਪੀ ਯਾਨੀ ਕਿ ਡੁਪਲੀਕੇਟ ਕਾਪੀ ਪ੍ਰਾਪਤ ਕਰਨ ਲਈ ਆ ਰਹੀਆਂ ਹਨ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਇਸ ਸਾਰੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ ਪਹਿਲਾਂ ਸੀ ਜਿਹੜੇ ਸਰਟੀਫਿਕੇਟ ਜਾਰੀ ਕਰਨ ਲਈ ਲਗਭਗ 37 ਪੜਾਅ ਹੁੰਦੇ ਸੀਗੇ ਤਾਂ ਹੁਣ ਸਿਰਫ ਇਹ 4 ਪੜਾਅ ਜਿਹੜੇ ਰਹਿ ਗਏ ਨੇ ਕਿਹੜੇ-ਕਿਹੜੇ ਨੇ ਇਹਦੀਆਂ ਹਦਾਇਤਾਂ ਅਤੇ ਪ੍ਰਕਿਰਿਆ ਜਿਹੜੀ ਨਵੀਂ ਉਹ ਇਸ ਪ੍ਰਕਾਰ ਹੈ ਪਹਿਲਾ ਡੁਪਲੀਕੇਟ ਸਰਟੀਫਿਕੇਟ ਦਾ ਨਾਮ ਬਦਲ ਕੇ ਸਰਟੀਫਿਕੇਟ ਦੀ ਦੂਜੀ ਕਾਪੀ ਰੱਖ ਦਿੱਤਾ ਗਿਆ ਹੈ ਦੂਸਰਾ ਹੈ ਬੋਰਡ ਦੁਆਰਾ ਇਸ ਸਬੰਧੀ ਸਾਰੀਆਂ ਅਰਜ਼ੀਆਂ ਨੇ ਜਿਹੜੀਆਂ ਆਨਲਾਈਨ ਮਾਧਿਅਮ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ ਤੀਸਰਾ ਹੈ ਇਸ ਸਬੰਧੀ ਲੋਡਿੰਗ ਦੀ ਫੀਸ ਵੀ ਆਨਲਾਈਨ ਹੀ ਪ੍ਰਾਪਤ ਕੀਤੀ ਜਾਵੇਗੀ ਜਿਸ ਦੇ ਲਈ ਬੋਰਡ ਦੁਆਰਾ ਇੱਕ ਪੇਮੈਂਟ ਗੇਟਵੇ ਵੀ ਤਿਆਰ ਕਰ ਲਿਆ ਗਿਆ ਹੈ ਨੰਬਰ 4 ਦਰਖਾਸਤ ਕਰਤਾ ਉਮੀਦਵਾਰ ਦੁਆਰਾ ਆਨਲਾਈਨ ਦਰਖਾਸਤ ਦੇਣ ਸਬੰਧੀ ਅਤੇ ਲੋਡਿੰਗ ਦੀ ਫੀਸ ਜਮ੍ਹਾਂ ਕਰਾਉਣ ਉਪਰੰਤ ਉਸ ਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਉਸ ਦੀ ਦਰਖਾਸਤ ਦੇ ਸਬੰਧ ਵਿੱਚ ਉਸ ਦੇ ਮੋਬਾਈਲ ਨੰਬਰ ਤੇ ਟੈਕਸਟ ਮੈਸੇਜ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ ਅਤੇ ਉਹ ਇਸ ਰਜਿਸਟ੍ਰੇਸ਼ਨ ਨੰਬਰ ਰਾਹੀਂ ਆਪਣੀ ਅਰਜੀ ਦਾ ਸਟੇਟਸ ਵੀ ਚੈੱਕ ਕਰ ਸਕੇਗਾ ਪਰ ਟੋਟਲ ਹੈ ਜੋ ਜੋ ਤੁਸੀਂ ਇਹ ਅਰਜ਼ੀਆਂ ਭੇਜੋਗੇ ਇਹਨਾਂ ਦਾ ਨਿਬਟਾਰਾ ਜਿਹੜਾ ਉਹ 3 ਦਿਨਾਂ ਵਿੱਚ ਕੀਤਾ ਜਾਵੇਗਾ ਅਗਰ ਤੁਹਾਡਾ ਸਰਟੀਫਿਕੇਟ ਗੁੰਮ ਹੋ ਜਾਂਦਾ ਹੈ ਤਾਂ ਦੂਸਰੀ ਕਾਪੀ ਮੰਗਵਾਉਣਾ ਚਾਹੁੰਦੇ ਹੋ ਤਾਂ ਸਿਰਫ ਤੁਹਾਨੂੰ ਇਹ ਚਾਰ ਪੜਾਅ ਜਿਹੜੇ ਪੂਰੇ ਕਰਨੇ ਹੋਣਗੇ ਅਤੇ ਆਪਣਾ ਸਟੇਟਸ ਚੈੱਕ ਵੀ ਕਰ ਸਕਦੇ ਹੋਗੇ ਕਿ ਤੁਹਾਡਾ ਸਰਟੀਫਿਕੇਟ ਦਾ ਪ੍ਰੋਸੈਸ ਹਜੂ ਕਿੱਥੇ ਤੱਕ ਚੱਲ ਰਿਹਾ ਹੈ ਸੋ ਇਹ ਸਾਰੀ ਹੈ ਜੋ ਪ੍ਰਕਿਰਿਆ ਨਵਾਂ ਸ਼ਡਿਊਲ ਜਾਰੀ ਕੀਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਸਰਟੀਫਿਕੇਟ ਦੀ ਦੂਸਰੀ ਕਾਪੀ ਲੈਣ ਦੇ ਸਬੰਧ ਵਿੱਚ ਪਹਿਲਾਂ ਬਹੁਤ ਜ਼ਿਆਦਾ ਹੈ ਜੋ ਚੱਕਰ ਕੱਟਨੇ ਪੈਂਦੇ ਸੀਗੇ ਮੋਹਾਲੀ ਜਾਣਾ ਪੈਂਦਾ ਸੀਗਾ ਸਿੱਖਿਆ ਬੋਰਡ ਦੀ ਦਫ਼ਤਰ ਵਿੱਚ ਜਾਣਾ ਪੈਂਦਾ ਸੀ ਹੋਰ ਸਾਰਾ ਬਹੁਤ ਸਾਰਾ ਰਿਕਾਰਡ ਹੈ ਜਿਹੜਾ ਨਾਲ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਇਹ ਆਨਲਾਈਨ ਕਰ ਦਿੱਤਾ ਗਿਆ ਹੈ ਤੁਸੀਂ ਇਹ ਜੋ ਇਹ ਡੁਪਲੀਕੇਟ ਕਾਪੀ ਮੰਗਵਾ ਸਕੋਗੇ ਸੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜੀ ਧੰਨਵਾਦ